ਪੁਰਾਣੀਆਂ ਕਿਤਾਬਾਂ ਚਾਹੀਦੀਆਂ ਪੁਰਾਣੀਆਂ ਹੁਣ ਤੁਹਾਨੂੰ ਪੁਰਾਣੀਆਂ ਕੀ ਮਸਲਾ ਉੱਤੇ ਮਿੱਟੀ ਪਾ ਦਾਂ ਸਾਰੀਆਂ ਕਿਤਾਬਾਂ 'ਤੇ ਤੇਰੀ ਪੁਰਾਣੀਆਂ ਲੱਗਣ ਲੈਣ ਚੱਲਦੀ ਹੈ ਠੰਡਕ ਬੜੀ ਆ ਦਰਜਾ ਹਰਾਰਤ ਉੱਥੇ ਬੜਾ ਕਿੰਨਾ ਨਮਕ ਆ ਸਾਡੇ ਮੁਲਕ 'ਚ ਬਹੁਤ ਆ ਅਤੇ ਫਿਰ ਸਾਡੇ ਮੁਲਕ 'ਚ ਲੋਕ ਕਿੰਨੇ ਨਮਕ ਹਰਾਮ ਆ ਜਿਹੜੇ ਆਪਣੇ ਮੁਲਕ ਦਾ ਸੌਦਾ ਕਰ ਲੈਂਦੇ ਆ ਤੈਨੂੰ ਪਾ ਕੇ ਕਾਫੀ ਸਾਰੇ ਆ ਨਹੀਂ ਨਹੀਂ ਮੈਨੂੰ ਤਾਂ ਤਾਰੀਫ ਨਾ ਲਗਾਓ ਤਕਰੀ ਤਾਜ ਮਹਿਲ ਫੁੱਲਣਾ ਪੈਣਾ ਵਾ ਪੁਰਾਣਾ ਸਟਾਕ ਪਿਆ ਵਾ ਉੱਤੇ ਉਹਦੇ 'ਚ ਬਹੁਤ ਜੰਗਾਂ ਨੇ ਅੱਛਾ ਤੂੰ ਕਿਤਾਬ ਛੱਡ ਅਤੇ ਜੰਗ ਵਾਲੀ ਵਰਦੀ ਲੈ ਸਮਝਦਾ ਨਾ ਅਤੇ ਅੱਜ ਚਿਲਤਨ ਪਿਓਰ ਦਾ ਕੀ ਹੈ ਜੀ ਅੱਜ ਚਿਲਤਨ ਪਿਓਰ ਦਾ ਜੀ ਮੇਰੇ ਕੋਲ ਆ ਜੀ ਬਾਇਓਟੀਨ ਕੰਡੀਸ਼ਨਰ ਹੇਅਰ ਇਹ ਪਿੱਛੋਂ ਤੈਨੂੰ ਕੋ ਫੜਾਉਂਦਾ ਵਾ ਉਹ ਯਾਰ ਐਵੇਂ ਜ਼ਰਾ ਰੱਖਿਆ ਹੁੰਦਾ ਵੀ ਪਹਿਲੇ ਨਜ਼ਰ ਨਾ ਆ ਜਾਏ ਹੋਰ ਪਿੱਛੋਂ ਮੈਂ ਕਿਹੜਾ ਇਹ ਕੀ ਆ ਬਾਇਓਟੀਨ ਕੰਡੀਸ਼ਨਰ ਆ ਜੀ ਵਾਲਾਂ ਵਾਸਤੇ ਪਹਿਲੇ ਆਮ ਰੂਟੀਨ 'ਚ ਤੁਸੀਂ ਸ਼ੈਂਪੂ ਨਹੀਂ ਕਰਦੇ ਇਹ ਫਿਰ ਮੈਨੂੰ ਕਰਨ ਦੇ ਨਾ ਵਾਲਾਂ ਵਾਲਾ ਤੂੰ ਕਦਲੀ ਕਰ ਲੈ ਯਾਰ ਤੂੰ ਕਰ ਲੈ ਹਾਂਜੀ ਇਹ ਕੰਡੀਸ਼ਨਰ ਆ ਜੀ ਵਾਲਾਂ ਵਾਲਾ ਇਹ ਨਹਾਉਣ ਤੋਂ ਬਾਅਦ ਬੰਦਾ ਜਦੋਂ ਸਾਬਣਾ ਫਿਰ ਸ਼ੈਂਪੂ ਲਾਉਂਦਾ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਲਾ ਕੇ ਅਤੇ ਇਹਨੂੰ ਨਹਾ ਕੇ ਬਾਹਰ ਨਿਕਲੋ ਨਾ ਅਤੇ ਸੌਫਟ ਹੋ ਜਾਂਦੇ ਵਾਲ ਉਹ ਵੇਖਦਾ ਮੇਰੇ ਵੱਲ ਵਾਲਾਂ ਦੀ ਗੱਲ ਹੋ ਰਹੀ ਨਾ ਬਾਹਰ ਨਿਕਲਣਾ ਅੱਲ੍ਹਾ ਨੇ ਤੈਨੂੰ ਵਾਲ ਵਾਲ ਬਚਾ ਲਿਆ ਅਤੇ ਸੌਫਟ ਹੋ ਜਾਂਦੇ ਆ ਔਰ ਜਿੱਥੇ ਤੁਸੀਂ ਵਾਹੁੰਦੇ ਫਿਰ ਉੱਥੇ ਹੀ ਰਹਿੰਦੇ ਆ ਗੋਗੇ ਇਹ ਮਨ ਇਹ ਵਾਲ ਅੱਗੋਂ ਠੀਕ ਕਰ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਸੇਲੀ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣਦੀ ਕਤਾਰ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇ ਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਰਾਣਾ ਸਾਹਿਬ ਅਤਵਾਰ ਬਾਜ਼ਾਰ ਵਾਲਾ ਹਿਸਾਬ ਕਰ ਲਿਆ ਸੀ ਆਪਾਂ ਨਹੀਂ ਉਹ ਹਾਲੇ ਨਹੀਂ ਕੀਤਾ ਹੈਗਾ ਉਹਨੂੰ ਇੱਕ ਵਾਰੀ ਹੋਰ ਕਰ ਲਓ ਮੈਂ ਕੀਤਾ ਸੀ ਲੇਕਿਨ ਉਹ ਸਹੀ ਨਹੀਂ ਹੋਇਆ ਸੀ ਅਤੇ ਕਿਤਾਬਾਂ ਜਿਹੜੀਆਂ ਹੋਰ ਮੰਗਵਾਉਣੀਆਂ ਵਾ ਚਲੋ ਮੈਂ ਦੇਖਦਾ ਵਾ ਇੱਕ ਮਿੰਟ ਨਾ ਕੀ ਉਸ ਦਿਨ ਵੱਟਿਆ ਅਤੇ ਕੀ ਮੁਨਾਫਾ ਹੋਇਆ ਬਸ ਉਹ ਤਾਂ ਅਸਲਾਮ ਵਾਲੇਕਮ ਹਾਂਜੀ ਵਾਲੇਕਮ ਸਲਾਮ ਭਾਅ ਜੀ ਇਹ ਬਾਹਰ ਤੁਹਾਡਾ ਸੀ ਨਾ ਟੰਗਿਆ ਹਾਂਜੀ ਹਾਂਜੀ ਇਹ ਡਿੱਗਿਆ ਸੀ ਮੈਂ ਤਾਂ ਚੁੱਕ ਕੇ ਅੰਦਰ ਲੈ ਆਇਆ ਅੱਛਾ ਜੀ ਉੱਥੇ ਡਿੱਗਿਆ ਸੀ ਬੜਾ TML ਨੂੰ ਆਏ ਤੁਸੀਂ ਨਹੀਂ ਅੱਛਾ ਜੀ ਇਹ ਬੰਦਾ ਇਹ ਮਾਨ ਚਲੋ ਮਿਹਰਬਾਨੀ ਭਾਜੀ ਰੱਖਤਾ ਤੇ ਭਾਈ ਇਹ ਮਿੱਟੀ ਘਟਾ ਬਹੁਤ ਪਿਆ ਉਹ ਬਸ ਮਿੱਟੀ ਘਟਾ ਹੁਣ ਬਾਹਰ ਤੁਹਾਨੂੰ ਪਤਾ ਮਿੱਟੀ ਘਟਾ ਸੀ ਕਿਹੜਾ ਯੂਰਪ ਦੁਕਾਨ ਪਾਈ ਤੁਹਾਨੂੰ ਪਤਾ ਮਹੱਲੇਦਾਰੀ 'ਚ ਘਟਾ ਘੁਟਾ ਹੀ ਹੁੰਦਾ ਭਾਜੀ ਕਿਤਾਬਾਂ ਹੈ ਨੇ ਕਿਤਾਬਾਂ ਹੀ ਆ ਭਾਈ ਡਿਨਰ ਸੈੱਟ ਲਾਏ ਸੀ ਮੇਰਾ ਗੌਰ ਕਰੋ ਅੱਖਾਂ ਖੋਲ੍ਹ ਕੇ ਚੈੱਕ ਕਰੋ ਇਹਨਾਂ ਨਹੀਂ ਉਹ ਕਿਤਾਬਾਂ ਹੈਗੀਆਂ ਤੁਹਾਡੇ ਕੋਲ ਉਹ ਕਿਹੜੀਆਂ ਹੁੰਦੀਆਂ ਕੋਈ ਕਿਤਾਬ ਦਾ ਨਾਂ ਹੁੰਦਾ ਵਾ ਬਾਂਗੇ ਦਰਾਹ ਲੈ ਲਓ ਬਾਲੇ ਜਬਰੀਲ ਲੈ ਲਓ ਹੋਰ ਤਾਰੀਖੀ ਕਿਤਾਬਾਂ ਵਾ ਪੁਰਾਣੀਆਂ ਕਿਤਾਬਾਂ ਚਾਹੀਦੀਆਂ ਪੁਰਾਣੀਆਂ ਹੁਣ ਤੁਹਾਨੂੰ ਪੁਰਾਣੀਆਂ ਕੀ ਮਸਲਾ ਉੱਤੇ ਮਿੱਟੀ ਪਾ ਦਾਂ ਸਾਰੀਆਂ ਕਿਤਾਬਾਂ 'ਤੇ ਤੇਰੀ ਪੁਰਾਣੀਆਂ ਲੱਗਣ ਨਹੀਂ ਨਹੀਂ ਮੈਨੂੰ ਨਾ ਅਸਲ 'ਚ ਤਾਰੀਖ ਨਾਲ ਬੜਾ ਲਗਾਓ ਹੈ ਅੱਛਾ ਜੀ ਅੱਜ ਕਿੰਨੀ ਤਾਰੀਖ ਆ ਪਤਾ ਨਹੀਂ ਮੈਨੂੰ ਕੀ ਬੜਾ ਲਗਾਓ ਵੀ ਤੇਰਾ ਤਾਰੀਖ ਦਾ ਤੈਨੂੰ ਹੁੰਦਾ ਹੀ ਨਹੀਂ ਤਾਰੀਖ ਦਾ ਪਤਾ ਵੀ ਕਿੱਥੇ ਤੁਰਿਆ ਫਿਰਦਾ ਕਿਹੜੀ ਤਾਰੀਖ ਨਹੀਂ ਕਬਲੇ ਮਸੀਹ ਜਿਹੜੀ ਪੁਰਾਣੀਆਂ ਜੰਗਾਂ ਹੋਈਆਂ ਉਹ ਸਾਰੀਆਂ ਤੇ ਇੱਕ ਉਹ ਡਰਾਮਾ ਚੱਲਦਾ ਹੁੰਦਾ ਸੀ PTV 'ਤੇ ਮੁਹੰਮਦ ਬਿਨ ਕਾਸਮ ਵਾਲਾ ਹਾਂਜੀ ਹਾਂਜੀ ਉਹ ਡਰਾਮੇ ਦਾ ਨਾਂ ਸੀਗਾ ਆਪਣਾ ਅਰਤਗੁਲ ਯਾਰ ਕਿੰਨਾ ਕੁ ਲਗਾਓ ਆ ਤੇਰਾ ਤਾਰੀਖ ਨਾ ਹੈ ਮੁਹੰਮਦ ਬਿਨ ਕਾਸਮ ਕਿੱਥੇ ਤੇ ਅਰਤਗੁਲ ਕੈਸਾ ਮਿਕਸ ਕੀਤਾ ਤੂੰ ਤਾਂ ਉਹ ਅਰਤਗੁਲ ਭਾਈ ਤੁਰਕੀ ਦਾ ਵਾ ਉਹਨਾਂ ਨੇ ਸਾਡੀ ਕਾਪੀ ਕੀਤੀ ਆ ਪਹਿਲੇ ਅਸੀਂ ਕੀਤਾ ਇਹ ਡਰਾਮਾ ਬਾਅਦ 'ਚ ਉਹਨਾਂ ਨੇ ਕਾਪੀ ਕੀਤੀ ਹੈ ਨਹੀਂ ਨਹੀਂ ਕਾਪੀ ਕੁਪੀ ਨਹੀਂ ਉਹਨਾਂ ਦਾ ਆਪਣੇ ਰਾਈਟਰ ਆ ਆਪਣਾ ਉਹਨਾਂ ਦਾ ਸਿਸਟਮ ਆ ਅਰਤਗੁਲ ਉਹਨਾਂ ਦਾ ਹੀਰੋ ਆਪਣਾ ਹੋਇਆ ਵਾ ਨਹੀਂ ਹੈ ਤੁਹਾਡੇ ਕੋਲ ਇਹਨੇ ਕਿਤਾਬ ਦੀ ਸ਼ਕਲ 'ਚ ਅਰਤਗੁਲ ਤਾਂ ਨਹੀਂ ਆਇਆ ਅਜੇ ਅੱਛਾ ਮੁਹੰਮਦ ਬਿਨ ਕਾਸਮ ਚੰਗੇਜ਼ ਖਾਨ ਦੀ ਬੁੱਕ ਪਈ ਆ ਉਹ ਵੀ ਕਿਸੇ ਨੇ ਲਿਖੀ ਆ ਨਾਵਲ ਦੀ ਸ਼ਕਲ ਦੇ ਵਿੱਚ ਇਹ ਵੀ ਚਾਹੀਦੀਆਂ ਮੈਨੂੰ ਕਿਉਂਕਿ ਤਾਰੀਖ ਨਾਲ ਮੇਰੀ ਬੜਾ ਲਗਾਓ ਹੈ ਅੱਛਾ ਜੀ ਅਤੇ ਮੈਂ ਚਾਹੁੰਦਾ ਕਿ ਅੱਜ ਕੱਲ੍ਹ ਜਿਹੜੇ ਬੱਚੇ ਨਾ ਕਿਤਾਬ ਤੋਂ ਬਹੁਤ ਦੂਰ ਚਲੇ ਗਏ ਹਾਂਜੀ ਕਿਤਾਬ ਦਾ ਜ਼ਮਾਨਾ ਨਹੀਂ ਨੈੱਟ ਨੇ ਭਾਅ ਜੀ ਸਾਰਾ ਸਿਸਟਮ ਖਰਾਬ ਕੀਤਾ ਪਿਆ ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਕਿ ਤੁਹਾਡਾ ਕਿੰਨਾ ਪੜ੍ਹੇ ਹੋ ਜੀ ਤੁਸੀਂ ਮੈਂ ਪੜ੍ਹਿਆ ਕੋਈ ਨਹੀਂ ਵੈਸੇ ਉਸਤਾਦਾਂ ਕੋਲ ਬੈਠਾ ਹੁੰਦਾ ਸੀ ਖਰਾਦ ਵਾਲੇ ਕੋਲ ਪੜ੍ਹਦਾ ਰਿਹਾ ਭਾਈ ਮੈਟ੍ਰਿਕ ਕੀਤੀ ਹੈ ਮੈਂ ਕੀ ਹੋਇਆ ਮੈਟ੍ਰਿਕ ਕਿੱਥੇ ਕਰ ਲਈ ਉਹ ਸਾਡੇ ਦੌਰ ਦੀ ਮੈਟ੍ਰਿਕ ਹੀ ਬੜੀ ਹੁੰਦੀ ਸੀ ਸਾਡਾ ਦੌਰ ਕਿਹੜਾ ਫਰਾਉਣ ਦੇ ਜ਼ਮਾਨੇ 'ਚ ਪੜ੍ਹਦਾ ਰਿਹਾ ਨਹੀਂ ਮੇਰੀ ਏਜ ਬਹੁਤ ਆ ਲੱਗਦੀ ਨਹੀਂ ਭਾਅ ਜੀ
ਅੱਜ ਕੱਲ ਜਿਹੜੇ ਬੱਚੇ ਆ ਨਾ ਉਹ ਸੱਟ ਤੋਂ ਨੀ ਜਾ ਰਹੇ, ਅਸੀਂ ਤਾਂ ਵਾਕ ਕਰਨੇ ਪੈਦਲ, ਸਾਈਕਲ ਚਲਾਉਂਦਾ ਮੈਂ ਡੇਢ ਡੇਢ ਘੰਟਾ ਰੋਜ਼। ਖਲੋਤਾ ਸਾਈਕਲ ਚਲਾਈ ਜਾਂਦਾ? ਨਹੀਂ ਨਹੀਂ, ਸਾਈਕਲ ਤੇ ਹੀ ਆਈ ਜਾਈਦਾ। ਗੱਡੀਆਂ ਤੇ ਵੈਸੇ ਹੀ ਪੋਲਿਊਸ਼ਨ ਹੁੰਦੀ ਬਹੁਤ ਜ਼ਿਆਦਾ। ਮੋਟਰਸਾਈਕਲ ਕਿੰਨਾ ਪਾਕਿਸਤਾਨ ਚ ਹੋ ਗਿਆ। ਗੱਡੀਆਂ ਤੇ ਪੋਲਿਊਸ਼ਨ ਹੁੰਦੀ ਆ ਤੇ ਸਾਈਕਲ ਤੇ ਤੈਨੂੰ ਨਹੀਂ ਪੋਲਿਊਸ਼ਨ? ਕਿ ਤਰਪਾਲ ਪਾ ਕੇ ਸਾਈਕਲ ਚਲਾਉਣਾ? ਨਹੀਂ ਸਾਈਕਲ ਤੇ ਤਾਂ ਕੋਈ ਨਹੀਂ, ਸਾਈਕਲ ਨੇ ਧੂਆਂ ਛੱਡਣਾ ਕੋਈ, ਜਾਂ ਉਹਦੇ 'ਚ ਕਿਹੜਾ ਪੈਟਰੋਲ ਪੈਂਦਾ? ਦੂਸਰੀਆਂ ਦਾ ਤੇ ਆਉਂਦਾ ਕਿ ਨਹੀਂ ਤੈਨੂੰ? ਉਹ ਮੈਂ ਮੂੰਹ ਤੇ ਲਾ ਲੈਣਾ ਮਾਸਕ। ਚਲੋ ਅੱਛੀ ਗੱਲ ਆ, ਤਾਰੀਖ ਨਾ ਤੇ ਹੁਣ ਲੋਕ ਹੀ ਨਹੀਂ ਰਹੇ, ਕਿਤਾਬ ਵਾਲਾ ਤੇ ਜ਼ਮਾਨਾ ਹੀ ਨਹੀਂ ਭਾਜੀ। ਮੇਰੇ ਕਹਿਣ ਦਾ ਮਤਲਬ ਕਿ ਉਸਤਾਦ ਕਹਿੰਦੇ ਕਿ ਸਭ ਤੋਂ ਅੱਛਾ ਦੋਸਤ ਤੁਹਾਡਾ ਤੁਹਾਡੀ ਕਿਤਾਬ ਆ। ਤੇ ਤੁਹਾਨੂੰ ਕਿਹੜੀ ਬੁੱਕ ਕਿਹੜੀ ਚਾਹੀਦੀ ਆ? ਬੁੱਕ ਇੰਜ ਕਰੋ, ਹਾਂ ਇੰਜ ਬੁੱਕ ਕਰੋ ਭਾਈ, ਇਹ ਬੁੱਕ ਚੌਲਾਂ ਵਾਲੀ ਦੀ ਨਹੀਂ ਗੱਲ ਕਰਦਾ, ਕਿਤਾਬ ਬੁੱਕ। ਉਹੀ ਮੈਂ ਕਹਿੰਦਾ BOOK ਬੁੱਕ ਜਿਹਨੂੰ ਕਹਿੰਦੇ ਕਿਤਾਬ। ਇਹ ਰਾਣਾ ਬੁੱਕ ਸੈਂਟਰ ਆ ਨਾ? ਹਾਂਜੀ, ਰਾਣਾ ਬੁੱਕ ਸੈਂਟਰ। ਤੇ ਇੱਥੇ ਮੈਨੂੰ ਕਿਹਾ ਸੀ ਕਿ ਪੁਰਾਣੀਆਂ ਕਿਤਾਬਾਂ ਤੁਹਾਨੂੰ ਉੱਥੋਂ ਮਿਲਣ ਲੱਗੀਆਂ ਬਹੁਤ ਉਹਨਾਂ ਕੋਲ। ਆਹੋ, ਹਿਸਟਰੀ ਦੀਆਂ ਪਈਆਂ? ਹਿਸਟਰੀ ਦੀਆਂ ਚਾਹੀਦੀਆਂ ਮੈਨੂੰ, ਆਪਣਾ ਰਾਜਾ ਪੋਰਸ। ਹੈਂ? ਰਾਜਾ ਪੋਰਸ? ਉਹ ਕੌਣ ਆ ਰਾਜਾ ਪੋਰਸ? ਤੈਨੂੰ ਪਤਾ ਹੀ ਨਹੀਂ ਕਿਤਾਬਾਂ ਵੇਚਦਾ ਤੂੰ, ਤਾਰੀਖ ਆ, ਜੰਗਾਂ ਲੜੀਆਂ ਬਹੁਤ। ਰਾਜਾ ਪੋਰਸ ਦਾ ਕੋਰਸ ਚਾਹੀਦਾ ਮੈਨੂੰ। ਜਿਹੜਾ ਤੈਨੂੰ ਕੋਰਸ ਸਿਹਤ ਵਾਲਾ ਕੋਰਸ ਦੇ ਦਾਂ? ਉਹ ਤਾਂ ਕੋਰਸ ਉਹ ਹੁੰਦਾ ਵਾ ਵੀ ਕਹਿੰਦਾ ਜੀ 15 ਦਿਨ ਮੈਂ ਕੋਰਸ ਕਰੇ ਆਪ ਨੌਜਵਾਨ ਜੈਸੇ ਬਣ ਜਾਏਗੇ। ਨਹੀਂ ਨਹੀਂ, ਉਹ ਨਹੀਂ ਕੋਰਸ ਹੁੰਦਾ, ਪੂਰੀਆਂ ਇਹਦੀਆਂ ਨਾ ਮਤਲਬ ਸੀਰੀਅਲ ਛਪੀਆਂ ਸੀਗੀਆਂ, ਰਾਜਾ ਪੋਰਸ। ਫਿਰ ਆਪਣਾ ਤੁਹਾਡੇ ਕੋਲ ਕਬਲੇ ਮਸੀਹ ਕਿਤਾਬਾਂ ਪਈਆਂ ਕੋਈ? ਨਹੀਂ, ਇੰਨੀਆਂ ਪੁਰਾਣੀਆਂ ਭਾਅ ਹਿਸਟਰੀ ਸਾਡੇ ਕੋਲ ਨਹੀਂ ਹੈਗੀ। ਸਾਡੇ ਕੋਲ ਤਾਂ ਨੋਰਮਲ ਨਾਵਲ, ਜਿਹੜੇ ਨਾਵਲ ਨਿਗਾਰ ਆ, ਜਿਸ ਤਰ੍ਹਾਂ ਜੰਗੇ ਚਤੌੜ ਪਈ ਹੋਵੇ ਤੁਹਾਡੇ ਕੋਲ, ਇਹਦਾ ਨਾਂ ਲਈ ਜਾਂਦਾ ਭਾਅ ਟੀ ਵੀ 'ਤੇ। ਭਾਜੀ ਕੀ ਹੋ ਗਿਆ ਤੁਹਾਨੂੰ? ਅਕਲ ਕਰ ਭਾਅ ਕੋਈ। ਜੰਗੇ ਚਤੌੜ ਹੋਈ ਆ ਭਾਅ ਜੀ, ਤਾਰੀਖ ਪੜ੍ਹੋ ਤੁਸੀਂ। ਤੁਹਾਡੀ ਕਿਤੇ ਆਪਸ ਮੇਂ ਹੋਈ ਹੋਣੀ ਆ, ਤਾਰੀਖ ਦਾ ਤਾਂ ਕੋਈ ਪਤਾ ਨਹੀਂ। ਤਾਰਕ ਬਿਨ ਜ਼ਿਆਦ ਜਿਹੜੇ ਆਏ ਨੇ ਸਪੇਨ 'ਚ, ਤੁਹਾਨੂੰ ਪਤਾ ਉਹਨਾਂ ਨੇ ਕਿਸ਼ਤੀਆਂ ਸਾੜੀਆਂ ਉੱਥੇ? ਸਰਦੀਆਂ 'ਚ ਆਏ ਸੀ, ਸੇਕ ਲਈਆਂ ਕਿਸ਼ਤੀਆਂ ਸਾੜ ਕੇ? ਨਹੀਂ ਨਹੀਂ, ਉਹਨਾਂ ਨੇ ਕਿਸ਼ਤੀਆਂ ਸਾੜੀਆਂ ਸੀ, ਅਸੀਂ ਵਾਪਸ ਨਹੀਂ ਜਾਣਾ। ਉਸ ਵੇਲੇ ਇੱਥੇ ਹਕੂਮਤ ਸੀਗੀ। ਉਹ ਕਿਹੜਾ ਐਡਾ ਬੜਾ ਕੰਮ ਕੀਤਾ, ਵਾਪਸ ਨਹੀਂ ਜਾਣਾ? ਵੈਗਨ 'ਚ ਚਲੇ ਗਏ ਹੋਣੇ? ਨਹੀਂ ਨਹੀਂ ਨਹੀਂ, ਉਹ ਤਾਰੀਖ ਦੇ ਬੜੇ ਵੱਡੇ ਹੀਰੋ ਨੇ ਇਸਲਾਮ ਦੇ, ਉੱਥੇ ਉਹਨਾਂ ਨੇ ਜੰਗ ਜਿੱਤੀ ਆ। ਤੁਹਾਨੂੰ ਪਤਾ ਕਿੱਥੋਂ ਦੇ ਰਹਿਣ ਵਾਲੇ ਸਨ? ਕਿੱਥੋਂ ਦੇ ਰਹਿਣ ਵਾਲੇ? ਤੁਹਾਡੇ ਕੋਲ ਕਿਤਾਬਾਂ ਤੁਸੀਂ ਕਦੀ ਨਹੀਂ ਪੜ੍ਹਿਆ? ਨਹੀਂ ਯਾਰ, ਇੰਨਾ ਟਾਈਮ ਨਹੀਂ ਹੁੰਦਾ ਸਾਡੇ ਕੋਲ ਤੇ, ਅਸੀਂ ਤਾਂ ਨਜ਼ਰ ਕਾਹਦੇ ਨਾਲ ਕਮਜ਼ੋਰ ਹੋ ਗਈ ਤੇਰੀ? ਫਿਰ ਨਜ਼ਰ ਤੇ ਉਮਰ ਦੇ ਹਿਸਾਬ ਨਾਲ ਹੋ ਹੀ ਜਾਂਦੀ ਆ, ਤੁਸੀਂ ਇੱਧਰ ਹੋ ਜਾਓ। ਉਮਰ ਕਿਉਂ? ਆ ਰਸਤੇ 'ਚ ਰਸਤਾ ਤੇ ਛੱਡੋ ਨਾ ਇੱਧਰ। ਇੱਥੋਂ ਕੀ ਜੰਗੀ ਘੋੜੇ ਲੰਘਣੇ ਇੱਥੋਂ? ਅਸਲ ਦੇ ਵਿੱਚ ਨਾ ਉਹ ਆਏ ਸਨ ਨਾਲ ਹੀ, ਬਿਲਕੁਲ ਆਪਣਾ ਸ਼ਹਿਰ ਹੈ ਮਰਾਕੋ, ਮਰਾਕੋ ਦੇ ਰਹਿਣ ਵਾਲੇ ਸੀ, ਮਰਾਕਸ਼। ਸੁਣਿਆ? ਆਹੋ ਕਹਿੰਦੇ ਆ। ਇਬਨੇ ਬਤੂਤਾ ਪਈ ਤੇਰੇ ਕੋਲ? ਇਬਨੇ ਬਤੂਤਾ ਉਹ ਜਿਹੜਾ ਵਿਜ਼ਟਰ ਸੀ, ਸੈਰਾਂ ਕਰਦਾ? ਹਾਂ, ਉਹ ਵੀ ਉੱਥੋਂ ਦਾ ਸੀਗਾ। ਇੱਥੇ ਦਾ ਸੀ? ਮਰਾਕੋ ਦਾ। ਕੱਚੇ ਸਾਂਧੇ ਦਾ? ਉਹ ਮਰਾਕੋ ਦਾ ਸੀ ਭਾਜੀ, ਉਹ ਵੀ ਇਬਨੇ। ਉੱਥੇ ਫਿਰ ਉਹਨਾਂ ਨੇ ਜੰਗ ਲੜੀ ਆ ਕਿਸ਼ਤੀਆਂ ਜਲਾ ਕੇ। ਅੱਛਾ ਜੀ। ਔਰ ਉੱਥੇ ਮੁਸਲਮਾਨਾਂ ਦੀ ਹਕੂਮਤ ਆਈ? ਨਹੀਂ, ਹੁਣ ਤੁਸੀਂ ਕੋਈ ਜੰਗ ਸੁਣਾ ਕੇ ਮੈਨੂੰ ਕੋਈ ਪੈਸਾ ਧੇਲਾ ਲੈਣਾ ਵਾ? ਤੁਸੀਂ ਹੁਣ ਕਿਤਾਬ ਲੈ ਲਓ, ਤੁਸੀਂ ਜੰਗ ਸੁਣਾਉਣੀ ਸ਼ੁਰੂ ਕਰਤੀ ਹੈ। ਮੈਨੂੰ ਤਾਂ ਇੰਝ ਲੱਗਦਾ ਮੇਰੇ ਵੱਲ ਤੀਰ ਆਉਣ ਲੱਗਾ ਵਾ, ਇੱਕ ਪਾਸੇ ਹੋ ਜਾਂਦਾ। ਨਹੀਂ, ਤਾਰੀਖ ਨਾਲ ਲਗਾਓ ਰੱਖਣਾ ਚਾਹੀਦਾ ਨਾ, ਆਪਣਾ ਮਾਜ਼ੀ ਨਹੀਂ ਭੁੱਲਣਾ ਚਾਹੀਦਾ ਬੰਦਿਆਂ ਨੂੰ ਕਿ ਸਾਡੇ ਵੱਡਿਆਂ ਨੇ ਕੀ ਕਿੱਥੇ ਕਿੱਥੇ ਇਸਲਾਮ ਦੇ ਹੀਰੋ ਕਿਹੜੇ ਆ, ਕਿੱਥੇ ਕਿੱਥੇ ਕੁਰਬਾਨੀਆਂ ਹੋਈਆਂ, ਇਹ ਸਾਰਾ ਦੇਖਣਾ ਚਾਹੀਦਾ। ਉਹ ਕਿਤਾਬਾਂ ਮੈਨੂੰ ਦਿਓ ਕੱਢ ਕੇ। ਇਬਨੇ ਬਤੂਤਾ ਦਿਓ। ਇਬਨੇ ਰਾਣਾ ਸਾਹਿਬ, ਆਪਣੇ ਕੋਲ ਕੋਈ ਪਈ ਹੈ ਇਬਨੇ ਬਤੂਤਾ ਕਿਤਾਬ ਕੋਈ? ਰਾਣਾ ਸਾਹਿਬ ਕੌਣ? ਰਾਣਾ ਸਾਹਿਬ ਆਉਣਾ ਰਾਏ ਸਕੇ ਭਾਈ ਆ ਛੋਟਾ ਮੇਰਾ। ਅੱਛਾ ਅੱਛਾ, ਮਾਸ਼ਾਅੱਲਾ। ਅੱਛਾ, ਉਹਨਾਂ ਨੂੰ ਪਤਾ ਫਿਰ, ਉਹਨਾਂ ਨੂੰ ਆਉਂਦੇ ਤੁਸੀਂ ਬਹਿ ਜਾਓ ਕਿਤੇ। ਇੰਨੀ ਡੀਲ ਤਾਂ ਮੈਂ ਹੀ ਕਰਨਾ ਵਾ, ਹੁਣ ਮੈਨੂੰ ਵੱਡੇ ਆ ਨਾ ਇਹਨਾਂ ਤੋਂ ਜ਼ਿਆਦਾ। ਤੇਰੇ ਕੋਲ ਆ ਗਿਆ ਸਿਰਫ, ਲੋਕ ਕਹਿੰਦੇ ਭਾਅ ਜੀ ਸ਼ੋਪਨਰ ਹੈਗਾ, ਨੇਲ ਕਟਰ ਹੈਗਾ, ਇਹੋ ਜਿਹੀਆਂ ਚੀਜ਼ਾਂ ਮੰਗਦੇ। ਤੁਹਾਨੂੰ ਕੋਈ ਤਾਰੀਖ ਦੀਆਂ ਕਿਤਾਬਾਂ ਤੁਹਾਡੇ ਕੋਲ ਮੰਗਦਾ ਹੀ ਕੋਈ ਨਹੀਂ? ਨਹੀਂ ਨਹੀਂ, ਤਾਰੀਖ ਤੁਹਾਡਾ ਚਿਹਰਾ ਹੀ ਨਹੀਂ ਤਾਰੀਖ ਵਾਲਾ ਹੈਗਾ। ਨਹੀਂ, ਹੁਣ ਤਾਂ ਜ਼ਰੂਰਤ ਦੀ ਚੀਜ਼ ਆ ਵਾ, ਹੁਣ ਜਿਹੜੀ ਕਿਸੇ ਨੇ ਮੰਗਣੀ ਆ ਉਹ ਹੀ ਦੇਣੀ ਆ। ਅਸੀਂ ਹੁਣ ਸ਼ੋਪਨਰ ਮੰਗੇ, ਮੈਂ ਉਹਨੂੰ ਇਬਨੇ ਬਤੂਤਾ ਫੜਾ ਦਾਂ। ਨਹੀਂ, ਕਿਤਾਬਾਂ ਦੇ ਸੁਣਿਆ ਇੱਥੇ ਬਹੁਤ ਪਈਆਂ ਰਾਣਾ ਸਾਹਿਬ ਤੁਹਾਡੇ ਕੋਲ ਪੁਰਾਣੀਆਂ? ਹਾਂਜੀ, ਪਈਆਂ ਨੇ ਜੀ, ਉੱਥੇ ਬਹੁਤ ਪਈਆਂ ਨੇ। ਕਿਤਾਬਾਂ ਟੁੱਕੀਆਂ ਟੱਕੀਆਂ ਤੇ ਨਹੀਂ ਨਾ ਸਹੀ ਪਈਆਂ? ਜਨਾਬ, ਮੇਰਾ ਤਾਂ ਬੜਾ ਅੱਛਾ ਸੇਲਮੈਨ ਹੈਗਾ, ਮੈਂ ਤਾਂ ਨਹੀਂ ਗੱਲ ਕਹਿ ਸਕਦਾ। ਮੈਂ ਗੱਲ ਕਹਿ ਕੇ ਤਾਂ ਮੈਂ ਤੈਨੂੰ ਕੋਈ ਦੁੱਲ ਵਾਣੀ? ਨਹੀਂ, ਇਹਨਾਂ ਨੂੰ ਚਾਹੀਦਾ ਨਾ ਤਾਰੀਖ 'ਤੇ ਲੁਕਾ ਰੱਖਣਾ ਚਾਹੀਦਾ। ਇੱਥੇ ਪਈਆਂ ਕਿਤਾਬਾਂ ਤੂੰ ਪੜ੍ਹੀ ਜਾ, ਇੱਥੇ ਕਿਹੜਾ ਮੁੱਲ ਲੱਗਣਾ ਤੇਰਾ? ਚੱਲ ਮੈਂ ਪੜ੍ਹੀ ਜਾਊਂਗਾ, ਤੂੰ ਕਾਹਦਾ ਐਡਾ ਟੀਚਰ ਲੱਗਦਾ ਮੇਰਾ। ਤੂੰ ਆਪਣੀ ਕਿਤਾਬ ਲੈ ਤੇ ਜਾਓ। ਕਿਹੜੀ ਹੁਣ ਚਾਹੀਦੀ ਤੁਹਾਨੂੰ ਕਿਤਾਬ? ਇਹ ਇਬਨੇ ਬਤੂਤਾ ਕੱਢ ਦਿਓ ਮੇਰੇ।
ਇੱਕ ਹੀਰੋ ਹੋਰ ਹੋਇਆ ਵਾ, ਹੀਰੋ ਤਾਂ ਨਹੀਂ ਮੈਂ ਉਹਨੂੰ ਕਹਾਂਗਾ, ਤੇਰਾ ਕਿੰਨਾ ਕਿੰਨਾ ਕੁ ਤਾਰੀਖ ਨਾਲ ਤੇਰਾ ਦਿਲਚਸਪੀ ਆ ਵੀ ਇੱਕ ਹੀਰੋ ਦਾ ਨਾਂ ਲਿਆ ਅਤੇ ਦੂਜੇ ਦਾ ਤੈਨੂੰ ਆਉਣ ਨਹੀਂ ਡਿਆ। ਕਬਲੇ ਮਸੀਹ ਆ ਆਪਣਾ, ਕੀ ਨਾਂ ਸੀ ਉਹਦਾ, ਅਲੈਗਜ਼ੈਂਡਰ ਜਿਹਨੂੰ ਕਹਿੰਦੇ, ਅਲੈਗਜ਼ੈਂਡਰ ਉਹ ਅਲੈਗਜ਼ੈਂਡਰ ਤੇ ਹਾਕੀ ਦਾ ਪਲੇਅਰ ਸੀ ਆਸਟ੍ਰੇਲੀਆ ਦਾ। ਅਲੈਗਜ਼ੈਂਡਰ ਉਹਨੂੰ ਅਲੈਗਜ਼ੈਂਡਰ ਹੀ ਕਹਿੰਦੇ ਸੀਗੇ, ਯੂਨਾਨ ਤੋਂ ਤੁਰਿਆ ਸੀਗਾ, ਸਿਕੰਦਰ ਯੂਨਾਨੀ ਦਾ ਨਾਂ ਸੁਣਿਆ। ਸਾਰੇ ਪੈਦਲ ਹੀ ਤੁਰੇ ਆ, ਹਰ ਬੰਦੇ ਨੂੰ ਤੁਰ ਹੀ ਜਾਣ ਡਿਆ। ਉਦੋਂ ਪਤਾ ਨਹੀਂ ਲੋਕਾਂ ਦਾ ਦਿਮਾਗ ਫਿਰਿਆ ਸੀ, ਜਿਹੜਾ ਨਿਕਲਦਾ ਸੀ ਉਹ ਕਹਿੰਦਾ ਮੈਂ ਦੁਨੀਆ ਹੀ ਫਤਿਹ ਕਰਨੀ ਆ, ਘੱਟਦਾ ਹੁੰਦਾ ਸੀ, ਵੱਢਦਾ ਹੁੰਦਾ ਸੀ, ਅੱਗੇ ਨੂੰ ਤੁਰਿਆ ਹੁੰਦਾ, ਇੱਥੋਂ ਤੀਕਰ ਆਇਆ ਉਹ ਮਲਕਾਂ ਹਾਸ ਤੱਕ। ਉਹ ਦੇਖਿਆ ਤੂੰ ਆਪਣਾ ਮੀਆਂ ਚਨੂ ਦੇ ਨਾਲ ਹੈਗਾ ਰਬੂਆ, ਰਬੂਆ ਚਨਿਓਟ ਚਾਹ, ਸੋਰੀ ਉਹ ਚਨਿਓਟ ਆ। ਮਾਸ਼ਾਅੱਲਾ ਵੀ ਤੇਰਾ ਬੜਾ ਤਾਰੀਖ 'ਚ ਹੱਥ ਪੈਂਦਾ ਵੀ, ਕੀ ਤੂੰ ਸ਼ਹਿਰ ਇੱਕ ਦੂਜੇ ਨਾਲ ਪਲਟਾ ਰਿਹਾ ਵਾ, ਹੈਂ, ਕਿੱਥੇ ਮੀਆਂ ਚਨੂ ਕਿੱਥੇ ਰਬੂਆ, ਅਤੇ ਤੂੰ ਮਿਕਸ ਕਰ ਰਿਹਾ ਵਾ। ਮਾਸ਼ਾਅੱਲਾ ਤੂੰ ਨਾ ਟੀ ਵੀ 'ਤੇ ਬਿਆਹ ਕਰ, ਐਜ਼ ਏ ਨਾ ਹਿਸਟੋਰੀਕਲ ਚੀਜ਼ਾਂ ਦੱਸਿਆ ਕਰ ਉਹਨਾਂ ਨੂੰ ਗਲਤ ਮਲਤ। ਸਿਕੰਦਰ ਯੂਨਾਨੀ ਜਿਹੜਾ ਸੀਗਾ ਨਾ, ਉਹਦਾ ਘੋੜਾ ਇੱਥੇ ਮਰਿਆ, ਫਾਲੀਆ ਸ਼ਹਿਰ ਦੇਖਿਆ ਤੁਸੀਂ? ਨਹੀਂ ਭਾ, ਮੈਂ ਨਹੀਂ ਦੇਖਿਆ ਕਿਹੜਾ ਫਾਲੀਆ, ਕਿੱਥੇ ਆ ਸ਼ਹਿਰ ਫਾਲੀ? ਫਾਲੀਆ ਇੱਥੇ ਯਾਰ ਗੁਜਰਾਤ ਦੇ ਨਾਲ ਹੀ ਆ, ਫਾਲੀਆ ਸ਼ਹਿਰ ਇੱਥੇ ਪਾਕਿਸਤਾਨ 'ਚ ਹੀ ਆ। ਉਹਦੀ ਘੋੜਾ ਉੱਥੇ ਮਰਿਆ ਸੀਗਾ, ਘੋੜੀ ਸੀ ਪਤਾ ਨਹੀਂ ਉਹਦਾ ਨਾਂ, ਉਹਦਾ ਨਾਂ ਸੀ ਇਹ, ਉਹਦੇ ਜਾਨਵਰ ਦਾ ਨਾਂ ਫਾਲੀਆ ਸੀ, ਉਹਦੇ ਨਾਂ 'ਤੇ ਬਣਿਆ, ਉਹ ਇੱਥੇ ਮਰ ਗਈ ਸੀਗੀ। ਉਹ ਜੰਗ ਉਹ ਵੀ ਦੁਨੀਆ ਫਤਿਹ ਕਰਦਾ ਇੱਥੇ ਤੀਕਰ ਆਇਆ। ਨਹੀਂ ਹੁਣ ਤੂੰ ਕਿਤਾਬ ਲੈਣੀ ਆ, ਜਿੱਥੋਂ ਦੇ ਆਪਣਾ ਹੈਗੇ ਨੇ ਆਪਣਾ ਬੜੇ ਅੱਛੇ ਆਪਣੇ ਆਲਮ ਨੇ, ਕਰ ਲਾ ਚੇਤਾ ਤੇਰਾ, ਮਾਸ਼ਾਅੱਲਾ ਇੰਨਾ ਤਾਰੀਖ 'ਚ ਤੇਰਾ ਹੱਥ ਪੈਂਦਾ ਵਾ, ਫਿਰ ਯਾਦ ਕਰ ਦੋ ਬੰਦੇ ਤੂੰ ਦੱਸਦੇ ਆ ਅਤੇ ਕਿੰਨਾ ਨੌਲੇਜ ਆ ਤੇਰਾ ਹੈ ਤਾਰੀਖ ਦੇ ਬਾਰੇ 'ਚ, ਤੀਸਰੇ ਦਾ ਫਿਰ ਨਾਂ ਨਹੀਂ ਆਉਣ ਡਿਆ ਤੈਨੂੰ। ਨਹੀਂ ਮੈਂ ਸ਼ਹਿਰ ਦਾ ਨਾਂ ਯਾਦ ਕਰ ਰਿਹਾ ਜਿੱਥੇ ਤੀਕਰ ਉਹ ਆਇਆ। ਤੂੰ ਮੇਰਾ ਭਰਾ ਮੀਆਂ ਚਨੂ ਦੇ ਨਾਲ ਕਿਹੜਾ ਸ਼ਹਿਰ ਆ? ਮੀਆਂ ਚਨੂ ਦੇ ਨਾਲ ਅਬਦੁਲ ਹਕੀਮ ਅਤੇ ਮੀਆਂ ਚਨੂ ਦੇ ਸੈਂਟਰ 'ਚ ਆਓ। ਲੈ ਜਾਣੇ ਹੁਣ ਮੈਂ ਤੇਰੇ ਨਾਲ ਚੱਲ ਜਾਂ ਇੱਥੇ ਦੁਕਾਨ ਛੱਡ ਕੇ। ਯਾਰ ਤਾਰਕ ਜਮੀਲ ਸਾਹਿਬ ਜਿੱਥੋਂ ਦੇ ਆਪਣੇ? ਉਹ ਯਾਰ ਉਹ ਤੇ ਆ ਤਲੰਬੇ ਦੇ, ਤਲੰਬਾ ਸ਼ਹਿਰ ਉੱਥੇ ਤੀਕਰ ਆਇਆ ਹੀ ਉਹ। ਕਿੰਨਾ ਸਿਕੰਦਰ ਯੂਨਾਨ ਕਿਤਾਬ ਲੇਖ, ਜਿਹੜੇ ਤੈਨੂੰ ਦੋ ਤਿੰਨ ਬੰਦਿਆਂ ਦੇ ਨਾਂ ਆਉਂਦੇ ਆ ਨਾ, ਤੇਰੀ ਕਿਤਾਬ ਪੂਰੀ ਹੋ ਜਾਣੀ ਆ, ਇੰਨਾ ਨੌਲੇਜ ਆ ਤੇਰਾ। ਇੱਥੇ ਜੇਲਮ ਉਹਦੀ ਜੰਗ ਹੋਈ ਆ ਹਾਥੀਆਂ ਨਾਲ, ਰਾਜਾ ਪੋਰਸ ਨਾਲ ਹੋਈ ਸੀ ਉਦੋਂ। ਚੱਲ ਯਾਰ ਸਾਡੀ ਦੁਕਾਨ ਬਹੁਤ ਮਾਰਿਆ ਉਹਨੂੰ, ਦੁਕਾਨ 'ਤੇ ਹਮਲਾ ਨਾ ਕਰਾ ਦੀ, ਜੰਗ ਵਾਲੀ ਗੱਲ ਛੱਡ, ਉਹ ਕਿਤਾਬਾਂ ਕੱਢ ਮੇਰਾ ਭਰਾ। ਰਾਣਾ ਸਾਹਿਬ ਬਤਾਇਓ ਉੱਤੇ ਦੋ ਤਿੰਨ ਕਿਤਾਬਾਂ ਨਾ, ਅਲੈਗਜ਼ੈਂਡਰ ਇੱਥੇ ਫਿਲਮਾਂ ਬਹੁਤ ਬਣੀਆਂ ਇੰਗਲਿਸ਼, ਇੱਥੇ ਹੀ ਮਰਿਆ ਸੀ, ਇੱਥੇ ਉਹਨੂੰ ਫਿਰ ਮਲੇਰੀਆ ਹੋ ਗਿਆ ਸੀ, ਉਹਨੂੰ ਮੱਛਰ ਨੇ ਨਾ, ਮੱਛਰ ਜਿੱਦਾਂ ਅੱਜ ਕੱਲ੍ਹ ਡੈਂਗੀ ਨਹੀਂ ਆਇਆ, ਅੱਜ ਕੱਲ੍ਹ ਉਹਨੂੰ ਮਲੇਰੀਆ ਹੋ ਗਿਆ ਸੀ ਇੱਥੇ। ਹਲਕਾ ਯਾਰ ਡਾਕਟਰ ਵੀ ਆ ਤੂੰ, ਹੈਂ ਤੈਨੂੰ ਮਲੇਰੀਆ? ਨਹੀਂ ਤਾਰੀਖ ਜੋ ਦੱਸ ਰਹੀ ਮੈਂ ਉਹ ਦੱਸ ਰਿਹਾ। ਅੱਲਾ ਜਾਣੇ ਵੀ ਭੈਣਾ ਤੈਨੂੰ, ਮਲਕਾ ਹਾਸ ਦਾ ਬੰਦਾ ਸੀ ਜਿਹਨੇ ਉਹਨੂੰ ਮਾਰਿਆ, ਖੰਜਰ ਮਾਰਿਆ ਸੀ ਉਹਨੂੰ, ਉਹ ਜ਼ਖਮੀ ਹੋ ਗਿਆ, ਫਿਰ ਉਹਨੂੰ ਇੱਥੇ ਬੁਖਾਰ ਚੜ੍ਹ ਗਿਆ ਬਹੁਤ ਜ਼ਿਆਦਾ। ਤੂੰ ਆਪ ਚੈੱਕ ਕੀਤਾ ਯਾਰ? ਤਾਰੀਖ ਦੱਸਦੀ ਆ, ਮੈਂ ਕੋਈ ਅੱਲਾ ਮਾਫੀ ਕੋਲੋਂ ਕਹਿ ਰਿਹਾ, ਤੂੰ ਕਿਤਾਬ ਲੈ ਆਇਆ, ਮੈਂ ਤੈਨੂੰ ਪੜ੍ਹ ਕੇ ਦੱਸ ਦਿੰਦਾ ਸਾਰੀ ਲਿਖੀ ਉੱਥੇ। ਲਓ ਔਰ ਰਾਣਾ ਸਾਹਿਬ ਕੱਢ ਵੀ ਲਿਆਇਆ, ਇਹ ਵੇਖੋ। ਹੈਲੋ ਜੀ, ਸਿਕੰਦਰ ਆਜ਼ਮ। ਸਿਕੰਦਰ ਆਜ਼ਮ ਹਾਂਜੀ, ਇਹ ਪੰਜਾਬੀ 'ਚ ਲਿਖੀ ਨਾ ਜੀ? ਉਹ ਯਾਰ ਬੁੱਲੇ ਸ਼ਾਹ ਦੀ ਲੈ ਲਈ ਕਿਤਾਬ? ਨਹੀਂ ਉਹ ਪੰਜਾਬੀ 'ਚ ਵੀ ਤਰਜਮਾ ਹੋਇਆ ਤਾ ਕਿ ਨਹੀਂ? ਅੱਛਾ ਤੂੰ ਪੜ੍ਹਿਆ, ਤੇ ਉਰਦੂ ਨਹੀਂ ਆਉਂਦੀ ਤੈਨੂੰ? ਨਹੀਂ ਉਰਦੂ ਵੀ ਆਉਂਦੀ, ਪੰਜਾਬੀ ਮੇਰੀ ਮਾਂ ਬੋਲੀ ਹੈ ਨਾ। ਆ ਦੇ ਸਮੁੰਦਰ ਕੇ ਦਰਵਾਜ਼ੇ। ਹਾਂ ਤੂੰ ਗ੍ਰੀਸ ਸ਼ਹਿਰ ਆ, ਇੱਕ ਗ੍ਰੀਸ ਸ਼ਹਿਰ ਯੂਨਾਨ ਦਾ, ਉੱਥੋਂ ਟੁਰਿਆ ਉਹ। ਸ਼ੁਕਰ ਹੈ ਤੂੰ ਡੀਜ਼ਲ ਸ਼ਹਿਰ ਨਹੀਂ ਕਹਿਤਾ, ਗ੍ਰੀਸ ਕਿਹੜਾ ਸ਼ਹਿਰ ਆ? ਗ੍ਰੀਸ ਸ਼ਹਿਰ ਆ ਯੂਨਾਨ ਦਾ, ਇੱਕ ਨਾ ਇਸਤੰਬੋਲ ਦੇ ਬਿਲਕੁਲ ਨਾਲ ਆ। ਅਸੀਂ ਤਾਂ ਇੱਥੋਂ ਇਹ ਹੀ ਸੁਣੀ ਆ ਵੀ ਆ ਰਕਸ਼ਿਆਂ ਦੇ ਟਾਇਰਾਂ ਨੂੰ ਗ੍ਰੀਸ ਦਿੰਦੇ ਬੰਦੇ, ਉਹ ਗੰਨ ਜੀ ਲੈ ਕੇ ਖਲੋਤੇ ਹੁੰਦੇ। ਨਹੀਂ ਉਹ ਸ਼ਹਿਰ ਹੈਗਾ ਯੂਨਾਨ ਦਾ, ਸ਼ਹਿਰ ਆ ਗ੍ਰੀਸ। ਇਹ ਇੱਕ ਦੇਖੋ ਜੀ, ਇਹ ਦੇਖ ਲਓ ਜੇ ਤੁਹਾਡੇ। ਹਾਂ ਇਹ ਠੀਕ ਆ, ਸਿਕੰਦਰ ਇਹ ਵੀ ਠੀਕ ਆ। ਇਹ ਦੇਖ, ਇਹ ਘੋੜਾ ਉਹਦਾ ਜਿਹੜਾ ਫਾਲੀਆ ਮਰਿਆ ਸੀ, ਇਹ ਸਿਕੰਦਰ ਆਜ਼ਮ। ਹਾਂ ਆਹ ਘੋੜਾ ਹੀ ਉਹਦਾ। ਹਾਂ ਚੱਲ, ਇੱਥੇ ਨਮਕ ਇਹਨੇ ਚੱਟਿਆ ਸੀ ਪਹਾੜ, ਤਾਂ ਉੱਥੇ ਪਤਾ ਲੱਗਾ ਵੀ ਇਹ ਨਮਕ ਦੇ ਪਹਾੜ ਆ, ਉੱਥੋਂ ਫਿਰ ਨਮਕ ਜਿਹੜਾ ਨਾ ਆਜ਼ਾਦ ਹੋਇਆ ਇੱਥੋਂ ਪਾਕਿਸਤਾਨ 'ਚ। ਬਹੁਤ ਘੱਟ ਹੱਥ ਲਾ, ਬਲੱਡ ਨਾ ਵਧਾ ਲਈ, ਨਮਕ ਨਾ ਰੱਖ ਦੇ ਕਿਤਾਬ ਥੱਲੇ। ਖਿਓੜੇ ਗਿਆ ਕਦੀ? ਖਿਓੜੇ ਹਾਂ ਮੈਂ ਗਿਆ, ਖਿਓੜੇ ਮਾਨ ਉਹਦੀ ਗਾਰ ਜਿਹੜੀ ਹੈਗੀ ਅੰਦਰ, ਕਰੇਨ ਜਿਹੀ ਵੀ ਚੱਲਦੀ ਉਹਨਾਂ ਦੀ, ਲੈਨ ਚੱਲਦੀ, ਠੰਡਕ ਬੜੀ ਆ, ਦਰਜਾ ਹਰਾਰਤ ਉੱਥੇ ਬੜਾ। ਕਿੰਨਾ ਨਮਕ ਆ ਸਾਡੇ ਮੁਲਕ 'ਚ? ਬਹੁਤ ਆ। ਅਤੇ ਫਿਰ ਸਾਡੇ ਮੁਲਕ 'ਚ ਲੋਕ ਕਿੰਨੇ ਨਮਕ ਹਰਾਮ ਆ ਜਿਹੜੇ ਆਪਣੇ ਮੁਲਕ ਦਾ ਸੌਦਾ ਕਰ ਲੈਂਦੇ ਆ। ਤੈਨੂੰ ਪਾ ਕੇ ਕਾਫੀ ਸਾਰੇ ਆ। ਨਹੀਂ ਨਹੀਂ ਮੈਨੂੰ ਤਾਂ ਤਾਰੀਖ ਨਾਲ ਲਗਾਓ, ਅਸੀਂ ਤਾਂ ਗਰੀਬ ਆਦਮੀ ਅਸੀਂ ਕਰਨਾ। ਚਲੋ ਜੀ ਇੱਕ ਕਿਤਾਬ ਆ ਹੋ ਗਈ ਤੁਹਾਡੀ, ਸਿਕੰਦਰ ਆਜ਼ਮ। ਆਹੋ ਅਤੇ ਰਾਜਾ ਪੋਰਸ ਦੀ ਵੀ ਦਿਓ। ਰਾਜਾ ਪੋਰਸ ਸ਼ਾਇਦ ਹੀ ਆ। ਹੈ ਭਾਈ ਦੇਖੋ ਖਾਂ, ਰਾਜਾ ਪੋਰਸ ਦਾ ਹੀ ਪਿਆ ਕੋਈ ਆਪਣੇ ਕੋਲ, ਕੋਈ ਜਿਲਦ ਪਈ ਆ।
ਮੁਗਲੇ ਆਜ਼ਮ ਦੇ ਦਿਓ। ਤਾਜ ਮਹਿਲ ਪਈ ਤੁਹਾਡੇ ਕੋਲ? ਤਾਜ ਮਹਿਲ, ਤਾਜ ਮਹਿਲ ਫੁੱਲਣਾ ਪੈਣਾ ਵਾ, ਪੁਰਾਣਾ ਸਟਾਕ ਪਿਆ ਵਾ ਉੱਤੇ, ਉਹਦੇ 'ਚ ਬਹੁਤ ਜੰਗਾਂ ਨੇ। ਅੱਛਾ, ਤੂੰ ਕਿਤਾਬ ਛੱਡ ਅਤੇ ਜੰਗ ਵਾਲੀ ਵਰਦੀ ਲੈ, ਉਮੀਦ ਹੈ ਨਾ, ਕਿਰਪਾਨ ਲੈ ਕੇ ਅਤੇ ਇਕੱਲਾ ਤੁਰਿਆ ਫਿਰ ਘੋੜੇ 'ਤੇ। ਤਾਜ ਮਹਿਲ ਵੀ, ਹੈਲੋ, ਇਹ ਵੀ ਵੇਖ, ਆਹ ਤਾਜ ਮਹਿਲ ਆ ਗਈ। ਹਾਂ, ਇਹ ਸਾਰੀ ਹਿਸਟਰੀ ਜਿਹੜੀ ਹੈ ਨਾ ਤਾਜ ਮਹਿਲ ਪੜ੍ਹ ਕੇ ਸੁਣਾ। ਹੈਂ? ਹਾਂ, ਤੈਨੂੰ ਪੜ੍ਹ ਕੇ ਬਖਸ਼ਣਾ ਮੈਂ। ਤੂੰ ਪੜ੍ਹ ਕੇ ਆਪ ਪੜ੍ਹ ਲਾ, ਤੂੰ ਲੈ ਕੇ, ਤੂੰ ਜਾਣੀ, ਮੈਂ ਤੈਨੂੰ ਸਾਰਾ ਕਿੱਥੇ ਪੜ੍ਹ ਕੇ ਸੁਣਾਵਾਂ। ਇੱਕ ਦੋ ਸਟਾਰਟ ਤਾਂ ਸੁਣਾ ਦੇ ਨਾ, ਕਿੱਥੋਂ ਸ਼ੁਰੂ ਹੋਇਆ ਕੰਮ, ਨੰਬਰਾਂ ਤੋਂ ਯਾਨੀ ਕਿ ਤੈਨੂੰ ਸੁਣਾਵਾਂ ਕਿਤਾਬ। ਆਹੋ, ਇਹ ਦੇ ਮੁਗਲੀਆ ਕਿ ਤਾਜ ਮਹਿਲ ਤੈਨੂੰ ਪਤਾ ਕਿ ਕਿਉਂ ਬਣਾਇਆ ਸੀ ਉਹਨੇ? ਉਹ ਚੱਲ ਯਾਰ, ਤੂੰ ਮੈਨੂੰ ਕਾਹਦਾ ਦੱਸਣ ਪੈ ਗਿਆ ਭਾਜੀ, ਤੂੰ ਕਿਤਾਬ ਲੈ ਆਇਆ ਸੀ, ਉਹ ਗਾਹਕ ਖੜੇ ਆ, ਤੂੰ ਆਪਣੀ ਕਿਤਾਬ ਲੈ ਤੇ ਜਾ, ਤੁਸੀਂ ਮੈਨੂੰ ਦਾਸਤਾਨ ਸੁਣਾਉਣ ਬਹਿ ਗਏ। ਨਹੀਂ, ਉਹ ਨਾ ਇਸ਼ਕ 'ਚ ਬਣਾਇਆ ਉਹਨਾਂ ਨੇ, ਸ਼ਾਹਜਹਾਂ ਨੇ, ਸ਼ਾਹਜਹਾਂ ਜਾਣਨਾ ਤੂੰ? ਇਸ਼ਕ 'ਚ ਕੀ ਆਪ ਉਹਨੇ ਸੀਮਟ ਲਾਇਆ 11 ਬਣਾਇਆ? ਨਹੀਂ ਨਹੀਂ, ਉਹ ਜਿਹੜੀ ਇਹਦੀ ਬੀਵੀ ਸੀ ਨਾ ਨੂਰਜਹਾਂ, ਉਹ ਚੱਲ ਯਾਰ ਭਾ, ਹੋਊਗੀ ਨੂਰਜਹਾਂ ਜਾਂ ਜਿਹੜੀ ਵੀ ਬੀਵੀ ਆ, ਤੂੰ ਕਿਤਾਬ ਲੈ ਆਪਣਾ ਵਾਲਾ ਫੜ ਪਾ, ਦੋ ਕਿਤਾਬਾਂ ਹੋ ਗਈਆਂ ਤੇਰੀਆਂ, ਇੱਕ ਸਿਕੰਦਰ ਆਜ਼ਮ ਹੋ ਗਈ ਅਤੇ ਤਾਜ ਮਹਿਲ ਹੋ ਗਈ। ਰਾਜਾ ਗਿੱਧ ਹੈ ਤੁਹਾਡੇ ਕੋਲ ਨੋਵਲ ਜਿਹੜਾ? ਹਾਂਜੀ ਹਾਂਜੀ ਹੈ, ਬਾਜੀ ਬਾਨੋ ਕੁਦਸੀਆ ਨੇ ਲਿਖਿਆ। ਯਾਰ ਤੇਰੀ ਕਿਹੜੀ ਬਾਜੀ ਹੋ ਗਈ, ਸਾਰੇ ਹੀ ਬਾਜੀ ਕਹਿੰਦੇ ਉਹਨਾਂ ਨੂੰ, ਇਹ ਸਮਝੋ ਲਕਮ ਮਿਲਿਆ ਉਹਨਾਂ ਨੂੰ। ਅੱਛਾ ਜੀ, ਹਾਂਜੀ ਹਾਂਜੀ, ਉਹ ਜਿਹੜੇ ਅਸ਼ਫਾਕ ਅਹਿਮਦ ਸਾਹਿਬ, ਅਸ਼ਫਾਕ ਅਹਿਮਦ ਸਾਹਿਬ ਬੜੇ ਜ਼ਾਵੀਆ ਜਿਨ੍ਹਾਂ ਦੀ ਬੁੱਕ ਆਈ ਸੀ, ਬਿਲਕੁਲ ਬਿਲਕੁਲ ਬਿਲਕੁਲ, ਬੜਾ ਅੱਛੇ ਉਹ ਮੁਰਸ਼ਦ ਹੀ ਹੋਏ ਆ ਇੱਕ ਕਿਸਮ ਦੇ, ਬਾਬਾ ਜੀ ਜਿਹੜੇ ਆ ਨਾ ਅਸ਼ਫਾਕ ਅਹਿਮਦ, ਉਹਨਾਂ ਦੀ ਕਲਮ 'ਚ ਬੜੀ ਤਾਕਤ ਸੀਗੀ, ਤਾਕਤ ਸੀ। ਮਦਰ ਭਾਈ, ਆਹ ਦੇਖਿਓ ਰਾਜਾ ਗਿੱਧ ਪਈ ਆਪਣੇ ਕੋਲ। ਹੈਲੋ ਭਾਈ ਯਾਰ, ਰਾਜਾ ਗਿੱਧ, ਇਹ ਵੀ ਪੜ੍ਹ ਕੇ ਸੁਣਾ ਥੋੜ੍ਹੀ ਜਿਹੀ। ਯਾਰ ਪੜ੍ਹ ਕੇ ਸੁਣਾਵਾਂ, ਤੈਨੂੰ ਕੋਲ ਆ ਤੁਹਾਡੇ ਘਰ, ਥੋੜ੍ਹਾ ਜਿਹਾ ਸੁਣਾ ਦਿਆ ਕਰ। ਸ਼ਾਮ ਸਿਆਮੇ ਆ ਦਾ ਸਟਾਰਟ ਆ, ਇਹ ਤੀਸਰੇ ਪੀਰੀਅਡ ਕਾ ਵਾਕਿਆ, ਐਵੇਂ ਕਿ ਸਾਰੀ ਕਲਾਸ ਹਾਜ਼ਰ ਥੀ, ਲੜਕੀਆਂ ਹਮਸੇ ਅਗਲੀ ਕਤਾਰ ਮੇ ਬੈਠੀ ਤੀ। ਯਾਰ ਤੂੰ ਤਾਂ ਟੀਚਰ ਹੀ ਬਣ ਗਿਆ, ਮੈਨੂੰ ਵੀ ਜਿਹੜੇ ਆ ਰਹੇ ਲਾਤਾ, ਮੈਂ ਤਾਂ ਤੈਨੂੰ ਮਲਾਹ ਸੁਣਾਉਣ ਲੱਗ ਗਿਆ। ਪਹਿਲੀ ਲਾਈਨ ਸ਼ੁਰੂ ਕਰੇਗਾ ਅੱਗੋਂ ਦਿਲ ਲੱਗ ਜਾਣਾ ਤੇਰਾ। ਚੱਲ ਦਿਲ ਨਾ ਲਾ ਮੇਰਾ, ਤੂੰ ਤਿੰਨ ਹੋ ਗਈਆਂ ਕਿਤਾਬਾਂ ਤੇਰੀਆਂ, ਇਹ ਤਾਂ ਬਹੁਤ ਚਾਹੀਦੀਆਂ। ਅੱਛਾ ਜੀ, ਤਾਰੀਖ ਇਹਨਾਂ 'ਚ ਥੋੜ੍ਹਾ ਵਾ, ਤਾਰੀਖ ਤਾਂ ਅੱਗੇ ਬਹੁਤ ਪਈ ਹਜੇ। ਉਹ ਬੋਨਾ ਪਾਠ ਦੀ ਤੁਹਾਡੇ ਕੋਲ ਪਈ ਆ? ਬੋਨਾ ਪਾਠ, ਬੋਨਾ ਪਾਠ, ਇੱਥੇ ਵਾਟਰਲੂ ਆ ਆਪਣਾ ਸ਼ਹਿਰ, ਉੱਥੇ ਉਹਨੂੰ ਸ਼ਿਕਸਤ ਹੋਈ ਸੀਗੀ। ਵਾਟਰ ਜ਼ੂ ਤਾਂ ਸੁਣਿਆ, ਜਿੱਥੇ ਨਿਆਣੇ ਜੁਮੇ ਨੂੰ ਪੈਸੇ ਪਾ ਕੇ ਨਹਾਉਂਦੇ ਆ, ਨਹੀਂ ਵਾਟਰ ਲੂ, ਉਹ ਜਗ੍ਹਾ ਦਾ ਨਾਮ ਆ। ਬੋਨਾ ਪਾਠ ਨਾ ਨੈਪੋਲੀਅਨ ਸਨ, ਨੈਪੋਲੀਅਨ ਉਹ ਜਦੋਂ ਆਉਂਦੇ ਸੀ ਨਾ ਤਾਂ ਲੋਕ ਇੱਧਰ ਉੱਧਰ ਹੋ ਜਾਂਦੇ ਸੀ। ਅੱਛਾ, ਔਰ ਉਹਨਾਂ ਦੀ ਜਦੋਂ ਉਹਨਾਂ ਦੀ ਆਉਂਦੀ ਸੀ ਨਾ ਫੌਜ ਘੋੜਿਆਂ 'ਤੇ, ਅਤੇ ਸਮੈਲ ਬੜੀ ਆਉਂਦੀ ਸੀ, ਨਹਾਉਂਦੇ ਨਹੀਂ ਸੀ ਤੇਰੇ ਵਾਂਗੂ ਉਹ। ਹਾਂ, ਉਹ ਕਹਿੰਦੇ ਵੀ ਉਹਦੀ ਫੌਜ ਆ ਗਈ ਹੁਣ, ਨੈਪੋਲੀਅਨ ਇੱਦਾਂ ਦੇ ਗੰਦੇ ਜਿਹੇ ਹੀ ਸੀਗੇ, ਕੋਈ ਐਡੇ ਖਾਸ ਨਹੀਂ ਸੀ। ਚਲਾਓ, ਤੁਹਾਨੂੰ ਉੱਪਰ ਨਾ ਕਿਤਾਬਾਂ ਤਾਰੀਖ ਪਈ, ਉਹਨਾਂ ਨੇ ਨਾ ਘੋੜੇ ਘੋੜੇ ਅੱਗੇ ਨਾ ਖੰਦਕ ਖੋਲੀ ਖੋਦੀ ਸੀ, ਉਹਦੇ 'ਚ ਘੋੜੇ ਡਿੱਗ ਪਏ ਸੀ ਇੰਝ ਕਰਕੇ, ਉੱਥੇ ਸਾਰੇ ਫਿਰ ਉਹ ਆਪਣਾ ਨਾ ਸਿਲੰਡਰ ਕਰ ਗਏ ਸੀ। ਉਹ ਸਿਲੰਡਰ ਹੁੰਦਾ ਭਾ, ਉਹ ਸਿਲੰਡਰ ਗੈਸ ਵਾਲਾ ਸਿਲੰਡਰ ਪਾਈ, ਉਹ ਸਿਲੰਡਰ ਬੜਾ ਪੜਿਆ ਤੂੰ। ਆ ਜਾ, ਤੈਨੂੰ ਮੈਂ ਕਿਤਾਬਾਂ ਦਿਖਾਵਾਂ, ਉੱਤੇ ਪਈਆਂ। ਹਾਂ, ਉੱਤੇ ਪਈਆਂ ਕਿਤਾਬਾਂ। ਆਓ ਜੀ, ਚੱਲ ਭਾ। ਉਹ ਯਾਰ, ਇੱਥੋਂ ਤਾਂ ਛੱਡ, ਉਹ ਯਾਰ ਇੱਥੋਂ ਤੈਨੂੰ ਕਾਹਦਾ ਛੱਡਣਾ ਤੈਨੂੰ ਮੈਂ ਨਾ ਯਾਰ, ਮਾਸ਼ਾਅੱਲਾ। ਚੱਲ ਯਾਰ, ਉਹ ਮਾਸ਼ਾਅੱਲਾ ਭਾ, ਪੌੜੀ ਤਾਂ ਬਹੁਤ ਖੁੱਲ੍ਹੀ ਬਣਾਈ, ਕੋਈ ਅੱਗੋਂ ਆਉਂਦਾ ਹੋਵੇ ਤਾਂ ਫਿਰ। ਚੱਲ ਆਹ ਕਿਹੜੀ ਕਿਤਾਬ ਹੈ ਯਾਰ, ਹੱਥ ਨਾ ਮਾਰ ਉੱਥੇ, ਚੱਲ ਤੈਨੂੰ ਮੈਂ ਦਿਖਾਵਾਂ। ਤੂੰ ਤਾਂ ਯਾਰ ਬਹੁਤ ਕਿਤਾਬਾਂ ਪਈਆਂ, ਅੱਗੇ ਹੋ ਭਾ, ਅੱਗੇ ਹੋ ਯਾਰ, ਤੂੰ ਵੀ ਤਾਂ ਅੱਗੇ ਹੋ ਹੁਣ, ਮੈਂ ਹੀ ਅੱਗੇ। ਚੱਲ ਚੜ ਗਾਂ, ਚੜ ਮੈਂ। ਆਹ ਕਿਹੜੀ ਕਿਤਾਬ, ਹਟ ਗਿਆ ਭਾ, ਆਹ ਜਿਹੜੀਆਂ ਤੈਨੂੰ ਤਾਰੀਖ ਦੀਆਂ ਚਾਹੀਦੀਆਂ ਨਾ, ਉਹ ਤੈਨੂੰ ਮੈਂ ਦਿੰਦਾ ਕਿਤਾਬਾਂ, ਉੱਤੇ ਚੜ। ਆਹ ਵੀ ਕਿਤਾਬ, ਉਹ ਵੀ ਹੋਏ ਹੋਏ, ਲਾਮਾ ਇਕਬਾਲ, ਲਾਮਾ ਇਕਬਾਲ ਸਾਹਿਬ ਦੀ ਕਿਤਾਬ ਆ। ਦਿਲ ਚੁੱਭ ਗਿਆ ਤੈਨੂੰ ਕਿਤਾਬ 'ਚ? ਮਿੱਟੀ ਇੰਨੀ ਪਈ, ਇਹ ਇਸ ਤਰ੍ਹਾਂ ਕਰਕੇ ਤਾਂ ਨਹੀਂ ਪੁਰਾਣੀਆਂ ਹੋਈਆਂ? ਇੱਦਾਂ ਨਹੀਂ ਪੁਰਾਣੀਆਂ, ਮਿੱਟੀ ਨਾ ਪੁਰਾਣੀ ਯਾਰ, ਮੈਨੂੰ ਥੱਲੇ ਨਾ ਸੁਣਦੀ ਤੇ ਉਹ ਓਏ ਹੋਏ, ਆ ਵੇਖ ਲੈ ਕਿਤਾਬਾਂ ਸਾਰੀਆਂ ਭਾ ਪਈਆਂ, ਇਹ ਤਾਂ ਢੇਰ ਲੱਗੇ ਪਏ ਯਾਰ। ਹਾਂਜੀ, ਇਹ ਜ਼ਾਇਆ ਭਾਅ ਜੀ ਸਾਰੀਆਂ? ਕਿਹੜੀਆਂ ਜ਼ਾਇਆ ਨਹੀਂ, ਸਾਰੀਆਂ ਬੁੱਕ ਵਾ ਤੇ। ਬੱਲੇ 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 ਯਾਰ, ਬਹੁਤ ਕਿਤਾਬ ਹੈ। ਕੀ ਹੈ? ਇਹ ਤਜਾਰਤੀ ਜੁਗਰਾਫੀ ਆ ਭਾਅ ਜੀ, ਜਿਹੜੇ ਲੋਕ ਆਈਕੌਮ ਦੀ ਕਿਤਾਬ ਆ। ਉਹ ਬੋਨਾਪਾਰਟ ਦੀ ਕਿੱਥੇ? ਬੋਨਾਪਾਰਟ ਵੀ ਤੁਹਾਨੂੰ ਦੇ ਦਿੰਦੇ ਹਾਂ। ਅਤੇ ਉਹ ਬਾਡੀ ਬਿਲਡਰ ਵਾਲੀ ਕਿਤਾਬ ਹੈ ਤੁਹਾਡੇ ਕੋਲ, ਉਹ ਜਿਹੜੀ ਜਿਹਦੇ 'ਚ ਬੰਦਾ ਜਿਸ ਸ਼ਾਇਦ ਥੱਲੇ ਆਉਣਾ ਹੀ ਬਾਡੀ ਬਿਲਡਿੰਗ ਨਹੀਂ, ਉਹਦੇ 'ਚ ਹੁੰਦੀ ਹੈ ਨਾ ਉਹ ਤਰੀਕੇ ਐਕਸਰਸਾਈਜ਼ ਦੇ ਸਾਰੇ, ਹਰ ਚੀਜ਼ ਉਹ ਵੀ ਮਿਲ ਜਾਏਗੀ ਤੁਹਾਨੂੰ ਇੱਥੋਂ। ਉਹ ਹਕਾਇਤਾਂ ਜਿਹਦੇ 'ਚ ਲਿਖੀਆਂ ਹੁੰਦੀਆਂ ਉਹ ਕਿਤਾਬ ਹੈਗੀ ਤੁਹਾਡੇ? ਹਾਂਜੀ, ਉਹ ਜਿਹੜੀਆਂ ਮਸਾਲਾਂ ਵਾਲੀਆਂ ਹੁੰਦੀਆਂ, ਉਹ ਨਹੀਂ ਕਹਿੰਦੇ ਵੀ ਜਿਹੜਾ ਖਾਵੇ ਗਾਜਰਾਂ, ਹਾਂਜੀ, ਇਹ ਘਰ ਉਹਨਾਂ ਦੇ ਖੁੱਲ੍ਹੇ। ਹਾਂ, ਇਹ ਕਿਹੜੀ, ਇਹ ਗੱਲ ਕਿੱਧਰ ਨੂੰ ਗਈ ਜੀ, ਕਿਹੜੀ ਹਕਾਇਤ ਆ? ਉਹ ਇਸ ਲਈ ਮੈਂ ਪੜ੍ਹਨਾ ਚਾਹੁੰਦਾ ਵੀ ਅਸਲ ਚੀਜ਼ ਕੀ ਆ।
ਸਿਆਣੇ ਬੰਦੇ ਮਸਾਲਾ ਨਹੀਂ ਦਿੰਦੇ ਹਾਂਜੀ ਜਿੱਧਰ ਗਈਆਂ ਕਿਸ਼ਤੀਆਂ ਢਿੱਡ ਉਹਨਾਂ ਦੇ ਪੇੜ ਢਿੱਡੇ ਪਾਗਲ ਸੀ ਤੁਹਾਡੇ ਸਿਆਣੇ ਕਿਉਂ ਕੀ ਹੋਇਆ ਹਾਂ ਵੀ ਪੁੱਠੀਆਂ ਮਸਾਲਾਂ ਦੇਈ ਜਾਂਦੇ ਕਿੱਥੇ ਗਾਜਰਾਂ ਕਿੱਥੇ ਨਹੀਂ ਉਹ ਹਕਾਇਕ ਤੇ ਹੈ ਹਕਾਇਕ ਹਕਾਇਤਾਂ ਹੁੰਦੀਆਂ ਵਾ ਉਹ ਹੈਗੀ ਆ ਬੁੱਕ ਕਿਤਾਬ 'ਚ ਵਾ ਛੋਟਾ ਜਿਹਾ ਉਹ ਵੀ ਦੇ ਦਿਓ ਉਹ ਵੀ ਲੈ ਲਿਓ ਆ ਜਾਓ ਤੁਹਾਨੂੰ ਆ ਦੇਖ ਲਓ ਕਿਤਾਬਾਂ ਤਾਰੀਖੀ ਸਾਰੀਆਂ ਕਿਤਾਬਾਂ ਨਾ ਯਾਰ ਵਾਕਈ ਤੇਰੇ ਕੋਲ ਤਾਂ ਬਹੁਤ ਕਿਤਾਬਾਂ ਪਈਆਂ ਆ ਸਟਾਕ ਪਿਆ ਵਾ ਤੇ ਇਹ ਦੇਖੋ ਭਾਈ ਯਾਰ ਕੀ ਅਡੋਨ ਬ੍ਰਾਊਨ ਜਿਹੜੀ ਆ ਕਿਤਾਬ ਬੜੀ ਅੱਛੀ ਆ ਬ੍ਰਾਊਨ ਇਹ ਵੀ ਅੱਛੀ ਆ ਹਾਂਜੀ ਇਹ ਇੰਗਲਿਸ਼ ਆ ਨਹੀਂ ਇਹਨੂੰ ਉਰਦੂ 'ਚ ਕਰ ਦਿਓ ਜਾਦੂ ਨਾ ਕਰਦੇ ਇਹਦਾ ਜਦੋਂ ਆਈ ਨਹੀਂ ਇਹਦਾ ਇਹਦੀ ਜਿਲਦ ਹੀ ਨਹੀਂ ਆਈ ਇੰਗਲਿਸ਼ ਉਰਦੂ 'ਚ ਤੇ ਮੈਂ ਪੰਜਾਬੀ 'ਚ ਵੀ ਤਰਜਮਾ ਹੋਣਾ ਚਾਹੀਦਾ ਇਹਦਾ ਤੁਹਾਨੂੰ ਹੁਣ ਕਿਤਾਬ ਚਾਹੀਦੀ ਕਿਹੜੀ ਆ ਅਨਾਰਕਲੀ ਹੈ ਅਨਾਰਕਲੀ ਕਿਹੜੀ ਪੁਰਾਣੀ ਕਿ ਨਵੀਂ ਉਹ ਨਹੀਂ ਉਹ ਤਾਂ ਇੱਥੇ ਇਲਾਕਾ ਵਾ ਨਾ ਅਨਾਰਕਲੀ ਕਿਤਾਬ ਆ ਉਹਦੇ 'ਚ ਉਹਦਾ ਸਾਰੀ ਸਟੋਰੀ ਲੱਭਣੀ ਪੈਣੀ ਆ ਪਈਆਂ ਤਾਂ ਸਾਰੀਆਂ ਹੀ ਆ ਕਿਤਾਬਾਂ ਹੁਣ ਤੁਹਾਨੂੰ ਇਹ ਕਿਹੜੀ ਚਾਹੀਦੀ ਹੈ ਕਿਤਾਬ ਜੀਨੇ ਕੇ ਤਰੀਕੇ ਹੈਂ ਜੀਨੇ ਕੇ ਤਰੀਕੇ ਹਯਾ ਕਰ ਤਾਂ ਆਪ ਹੀ ਤਰੀਕਾ ਹੀ ਤਰੀਕਾ ਵਾ ਇਹਦੇ 'ਚ ਕਿਹੜੇ ਜੀਨੇ ਦੇ ਤਰੀਕੇ ਹੋਰ ਕਿਹੜੇ ਆ ਬਿਜਲੀ ਬਣਾਉਣੇ ਕੇ ਤਰੀਕਾ ਕਿਸੇ ਦਾ ਹੱਕ ਨਾ ਮਾਰੋ ਅਖਲਾਕ ਅੱਛਾ ਰੱਖੋ ਇਹ ਹੀ ਜੀਨੇ ਦੇ ਤਰੀਕੇ ਹੁੰਦੇ ਆ ਹੋਰ ਤੈਨੂੰ ਕੀ ਬਿਜਲੀ ਬਣਾਉਣੇ ਕੇ ਤਰੀਕੇ ਅਸਲ 'ਚ ਨਾ ਮੈਨੂੰ ਬਿੱਲ ਬਹੁਤ ਆ ਗਿਆ ਉਹ ਭਾਈ ਬਿਜਲੀ ਬਣਾਉਣ ਦੇ ਤਰੀਕੇ ਸਾਨੂੰ ਆਪ ਆਉਂਦੇ 1.5 ਲੱਖ ਤਾਂ ਮੈਨੂੰ ਬਿੱਲ ਆਇਆ ਦੁਕਾਨ ਦਾ ਮੈਂ ਘਰ ਹੀ ਨਾ ਬਣਾ ਲੈਂਦਾ ਇਹ ਦੁਕਾਨ ਦਾ ਆ ਗਿਆ ਉਹ ਇਹ ਦੁਕਾਨ ਦਾ ਤੁਹਾਨੂੰ ਪਤਾ ਨਹੀਂ ਕਿੰਨੀ ਹਰ ਟਾਈਮ ਚੱਲਦੇ ਏਸੀ ਵੀ ਚੱਲਦਾ ਵਾ ਬੱਤੀਆਂ ਵਾ ਪੱਖੇ ਆ ਇਹ ਕਿਤਾਬਾਂ ਸਾਰੀਆਂ ਲਾਈਟਾਂ 'ਤੇ ਕਰਾਈਆਂ ਤੂੰ ਇੰਨਾ ਬਿੱਲ ਆ ਗਿਆ ਚਲੋ ਫਿਰ ਥੱਲੇ ਆ ਜਾਓ ਫਿਰ ਚਲੋ 2-3 ਜਿਹੜੀਆਂ ਕਿਤਾਬਾਂ ਤੁਸੀਂ ਸਿਲੈਕਟ ਕੀਤੀਆਂ ਵਾ ਉਹ ਲੈ ਲਓ ਆ ਉਹ ਉਹਨਾਂ ਦੇ ਦੇਖੋ ਜਾ ਕੇ ਕੀ ਹਿਸਾਬ ਕਿਤਾਬ ਆ ਆ 3 ਕਿਤਾਬਾਂ ਹੋ ਗਈਆਂ ਭਾਈ ਤੁਹਾਡੀਆਂ ਚਲੋ ਤਾਜ ਮਹਿਲ ਰਾਜਾ ਗਿੱਧ ਅਤੇ ਸਿਕੰਦਰ ਆਜ਼ਮ ਇਹਦਾ ਬਣਾਓ ਕੀ ਬਣਿਆ ਇਹਦਾ ਕੀ ਇੱਥੇ ਕੀ ਲੱਭਣ ਦਾ ਕੀ ਬਿੱਲ ਬਣਾਉਣਾ ਆਹੋ ਜੀ ਬਿੱਲ ਬਣਾਏ ਗੱਲ ਬਣਨੀ ਆ ਚਲੋ ਜੀ ਉਂਗਲ ਨਾ ਮਾਰੋ ਤੁਸੀਂ ਨੱਕ ਮਾਰੋ ਇੱਥੇ ਤੁਹਾਡਾ ਨੱਕ ਤਿੱਖਾ ਨਾ ਉਹ ਜ਼ਰਾ ਏਡਾ ਹਿਸਾਬ ਨਹੀਂ ਜਿੱਡਾ ਤੂੰ ਕਰ ਰਿਹਾ ਵੈਸੇ ਇਹ ਤਾਂ ਉੱਤੇ ਹੀ ਲਿਖਿਆ 1650 ਰੁਪਈਆ ਬਣ ਗਿਆ ਇਹਨਾਂ ਦਾ ਇਹਨਾਂ ਦਾ ਹੀ ਕਿਹਾ ਮੈਂ ਔਰ ਦੁਕਾਨ ਦਾ ਮੁੱਲ ਲਾਉਣ ਡਿਆ ਇਹ ਤਾਂ ਪੁਰਾਣੀਆਂ ਕਿਤਾਬਾਂ ਇਹ ਤਾਂ ਬੜਾ ਦੇਰ ਹੋ ਗਿਆ ਇਹਨਾਂ ਵਾਕਿਆ ਨੂੰ ਕੁਛ ਘੱਟ ਕਰੋ ਯਾਰ ਵਾਕਿਆ ਨੂੰ ਦੇਰ ਹੋ ਗਈ ਆ ਕਿਤਾਬ ਦੀ ਕੀਮਤ ਦੇ ਹਿਸਾਬ ਨਾਲ ਤੁਹਾਨੂੰ ਦੇਣੀ ਆ ਤੇ ਤੁਹਾਨੂੰ 10% ਦਾ ਡਿਸਕਾਊਂਟ ਨਹੀਂ ਤਾਰੀਖ ਨਾਲ ਮੈਨੂੰ ਬਹੁਤ ਲਗਾਓ ਆ ਅੱਛਾ ਜੀ ਅੱਛੀ ਗੱਲ ਆ ਮੈਂ ਨਾ ਸਮੋਸੀਆਂ ਵੇਚਣਾ ਸਮੋਸੇ ਚਲੋ ਮਿਹਨਤ ਕਰਨੀ ਚਾਹੀਦੀ ਆ ਨਾਲ ਕਿਤਾਬਾਂ ਪੜ੍ਹੀ ਜਾਇਓ ਤੇ ਮੈਨੂੰ ਨਾ ਉਹ ਰੱਦੀ ਚਾਹੀਦੀ ਆ ਉਹਦੇ 'ਚ ਪਾ ਪਾ ਕੇ ਮੈਂ ਦੇਣੇ ਅੱਗੇ ਉਹ ਮੈਨੂੰ ਚਾਹੀਦੇ ਹੈ ਜੀ ਹਾਂ ਕੀ ਚਾਹੀਦਾ ਹਰ ਵਰਗੇ ਦੇ ਉੱਤੇ 2 ਸਮੋਸੇ ਰਵਾਂ ਨਾਲ ਖਾਣ ਨਾਲੇ ਤਾਰੀਖ ਪੜ੍ਹਨ ਆਹ ਜਿਹੜਾ ਤਾਰੀਖਦਾਨ ਦਾ ਮਾਮਾ ਬਣਿਆ ਸੀ ਤੂੰ 1 ਮਿੰਟ ਖਲੋਈ ਆ ਕੀ ਤੈਨੂੰ ਘੰਟਾ ਹੋ ਗਿਆ ਵਾ ਸਾਨੂੰ ਇਹ ਗੱਲ ਕਰ ਦੀ ਉਹ ਪੁਰਾਣੀ ਰੱਦੀ ਨਹੀਂ ਪਈ ਉੱਤੇ ਕੋ ਥੋੜੀ ਹਾਂਜੀ ਪੁਰਾਣੀ ਕਿਹੜੀ ਪੁਰਾਣੀ ਰੱਦੀ ਪਈ ਆ ਕਿੱਥੇ ਤੈਨੂੰ ਯਾਰ ਤੂੰ ਉਦੋਂ ਦਾ ਉਦੋਂ ਬਕਵਾਸ ਕਰ ਵੀ ਭਾਈ ਮੈਨੂੰ ਰੱਦੀ ਚਾਹੀਦੀ ਆ ਤੈਨੂੰ ਅਸੀਂ ਰੱਦੀ ਦਈਏ ਤੇ ਤੈਨੂੰ ਬਾਹਰ ਕੱਢ ਦੇ ਉਦੋਂ ਤੂੰ ਮਾਮਾ ਬਣਿਆ ਸੀ ਤਾਰੀਖ ਦਾ ਮੈਂ ਤੈਨੂੰ ਕਹਿ ਨਹੀਂ ਦਿਆ ਪੁਰਾਣੀਆਂ ਕਿਤਾਬਾਂ ਚਾਹੀਦੀਆਂ ਹੈ ਪੁਰਾਣੀਆਂ ਨਹੀਂ ਤੂੰ ਉਦੋਂ ਭੌਂਕ ਵੀ ਭਾਈ ਮੈਨੂੰ ਰੱਦੀ ਚਾਹੀਦੀ ਤੈਨੂੰ ਰੱਦੀ ਦੀ ਤੂੰ ਬਾਹਰ ਜਾ ਉਦੋਂ ਤੂੰ ਮਾਮਾ ਬਣਿਆ ਹਿਸਟੋਰੀਕਲ ਕਿਤਾਬਾਂ ਚਾਹੀਦਾ ਰਾਜਾ ਗਿੱਧ ਦਾ ਸਾਲਾ ਬਣਿਆ ਸੀ ਹੈ ਤੇ ਕੀ ਉਹ ਉਹਦੇ ਕੋਲ ਪੜ੍ਹਨਾ ਗੁਨਾਹ ਵਾ ਪਰ ਰੱਦੀ ਰੁੱਦੀ ਨਹੀਂ ਹੈਗੀ ਭਾਈ ਚੱਲ ਬਾਹਰ ਹੋ ਮੈਂ ਸਾਰੀਆਂ ਜੰਗਾਂ ਪੜ੍ਹੀਆਂ ਵਾਂ ਉਹ ਜੰਗਾਂ ਤੂੰ ਪੜ੍ਹੀਆਂ ਹੀ ਆ ਕਰਨੀ ਔਖੀ ਆ ਨਿਕਲ